करंट एलीमेंट असीं डिफाइन किनू करते हैं कहना जी करंट एलीमेंट इज डिफाइन टू बी अ वेक्टर करंट करंट अपने आप च स्केलर है ना असीं एक करंट एलीमेंट वेक्टर डिफाइन करते पए एंड करंट एलीमेंट वेक्टर क्या जाएगा आईडीएल नु यानी प्रोडक्ट ऑफ करंट एंड द स्मॉल लेंथ एलीमेंट वो कहना जी करंट एलीमेंट वेक्टर दी डायरेक्शन जड़ी होएगी इट इज ऑलवेज अलोंग द डायरेक्शन ऑफ करंट जिस डायरेक्शन से करंट मेरे को इस कंडक्टर से पास होएगा ठीक है यही सेम डायरेक्शन मेरे को जड़ी करंट एलीमेंट वेक्टर दी होएगी ते उन्हें कहा जी इस स्मॉल करंट का जड़ा एलीमेंट लेता यानी करंट का जड़ा स्मॉल एलीमेंट लेता है ना इस स्मॉल करंट एलीमेंट का इस पी पॉइंट पे मैग्नेटिक फील्ड कितना पर पी पॉइंट कंडक्टर तो आर डिस्टेंस पे है तो थीटा एंगल पे इंक्लाइन है तो फिर इस पोजीशन पे जे मैं इस स्मॉल एलिमेंट का मैग्नेटिक फील्ड लिखना तो जे करंट कंडक्टर का स्मॉल पार्ट लेता वा तो नेचुरल है इसका मैग्नेटिक फील्ड भी थोड़ा मतलब पूरी वायर का जेड़ा मैग्नेटिक फील्ड है ओदी थान पे जे स्मॉल एलिमेंट का मैग्नेटिक फील्ड लिखा तो स्मॉल होएगा यस सर यस सर इस स्मॉल एलिमेंट का मैग्नेटिक फील्ड है ਉਹਨੂੰ ਅਸੀਂ ਡਿਫਾਈਨ ਕਰਦੇ ਪਏ ਉਹ DB ਹੋਏਗਾ ਯਾਨੀ DB ਇਸ ਦਾ ਮੈਗਨੈਟਿਕ ਫੀਲਡ ਪ੍ਰੋਡਿਊਸਡ ਡਿਊ ਟੂ ਸਮਾਲ ਕਰੰਟ ਐਲੀਮੈਂਟ ਔਰ ਉਹਨੇ ਕਿਹਾ ਬੱਚੇ ਫਿਰ ਇਹ ਜਿਹੜਾ ਸਮਾਲ ਕਰੰਟ ਐਲੀਮੈਂਟ ਆਇਆ ਔਰ ਇਹਦੇ ਕਰਕੇ ਜਿਹੜਾ ਸਮਾਲ ਮੈਗਨੈਟਿਕ ਫੀਲਡ ਕਿਹੜੀ ਕਿਹੜੀ ਚੀਜ਼ ਤੇ ਡਿਪੈਂਡੈਂਟ ਉਹਦੇ ਵਿੱਚ ਅਸੀਂ ਫੈਕਟਰ ਡਿਫਾਈਨ ਕਰਨਾ ਹੈ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟਰੈਂਥ ਆਫ ਕਰੰਟ ਜਿੰਨੀ ਕਰੰਟ ਦੀ ਸਟਰੈਂਥ ਜੇ ਇਸ ਕੰਡਕਟਰ ਦੇ ਇਸ ਪੋਰਸ਼ਨ ਚੋਂ AB ਪੋਰਸ਼ਨ ਚੋਂ 1 ਐਂਪੀਅਰ ਕਰੰਟ ਨਿਕਲਦਾ ਹੋਵੇ ਤੇ ਦੂਜੀ ਵਾਲੀ 100 ਐਂਪੀਅਰ ਕਰੰਟ ਹੋਵੇ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਵੇਰੀ ਕਰੂ 1 ਐਂਪੀਅਰ ਤੇ ਕਰਕੇ ਜਿਹੜਾ ਮੈਗਨੈਟਿਕ ਫੀਲਡ ਹੈ ਤੇ 100 ਐਂਪੀਅਰ ਕਰਕੇ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਕਹਿੰਦਾ ਜੀ ਵੇਰੀ ਕਰੇਗਾ ਇਸ ਲਈ ਮੈਗਨੈਟਿਕ ਫੀਲਡ ਦੀ ਇੱਕ ਸਟਰੈਂਥ ਡਿਪੈਂਡ ਕਰਦੀ ਵੀ ਕਹਿੰਦਾ ਜੀ ਕਰੰਟ ਮੇਰੇ ਕੋਲ ਕਿੰਨਾ ਪਾਸ ਹੋ ਰਿਹਾ ਸੈਕਿੰਡ ਲੈਂਥ ਸੈਗਮੈਂਟ ਕਿੰਨਾ ਲੈਂਦਾ ਮੈਂ ਜੇ ਆ ਪੂਰੇ ਦੇ ਪੂਰੇ ਐਕਸ ਵਾਈ ਪੋਰਸ਼ਨ ਨੂੰ ਡੀਐਲ ਮੰਨਾ ਤੇ ਫਿਰ ਇਸ ਪੂਰੇ ਦੇ ਮੈਗਨੈਟਿਕ ਫੀਲਡ ਦੀ ਸਟਰੈਂਥ ਆ ਸਮਾਲ ਐਲੀਮੈਂਟ ਏਬੀ ਵਾਲੇ ਮੈਗਨੈਟਿਕ ਫੀਲਡ ਦੀ ਸਟਰੈਂਥ ਤੋਂ ਜ਼ਿਆਦਾ ਹੋਏਗੀ ਇਹਦਾ ਮਤਲਬ ਹੈ ਜਿਹੜਾ ਸਮਾਲ ਐਲੀਮੈਂਟ ਕੰਡਕਟਰ ਦਾ ਕੰਸੀਡਰ ਕਰਨਾ ਉਹ ਮੇਰੇ ਕੋਲ ਕਿੰਨਾ ਕਰੰਟ ਦੀ ਸਟਰੈਂਥ ਕਿੰਨੀ ਥਰਡ ਅਸੀਂ ਡਿਫਾਈਨ ਕਰਦੇ ਸਾਈਨ ਆਫ ਐਂਗਲ ਬਟਵੀਨ ਕਰੰਟ ਐਲੀਮੈਂਟ ਐਂਡ ਦਾ ਪੁਆਇੰਟ ਆਫ ਆਬਜ਼ਰਵੇਸ਼ਨ ਇਹ ਪਿਛਲੇ ਟੌਪਿਕ ਤੋਂ ਲੈਂਦਾ ਕਿ ਵੀ b sin ਥੀਟਾ ਦੇ ਡਿਪੈਂਡੈਂਸ ਆਂਦੀ ਸੀ ਉਹੀ ਚੀਜ਼ ਹੁਣ ਕਹਿ ਰਹੇ ਕਿ ਜਿਹੜਾ ਮੇਰੇ ਕੋਲ ਗਿਵਨ ਕੰਡਕਟਰ ਹੋਏਗਾ ਇਸ ਕੰਡਕਟਰ ਤੋਂ ਜਿੱਥੇ ਪੁਆਇੰਟ ਆਫ ਆਬਜ਼ਰਵੇਸ਼ਨ ਹੋਏਗਾ ਇਹਦੇ ਵਿੱਚ ਜਿਹੜਾ ਐਂਗਲ ਡਿਫਾਈਨ ਹੋਏਗਾ ਇਹਦਾ ਸਾਈਨ ਕੰਪੋਨੈਂਟ ਕਿੰਨਾ ਇਹਦਾ ਸਾਈਨ ਕੰਪੋਨੈਂਟ ਕਿੰਨਾ ਠੀਕ ਹੈ ਜੀ ਥਰਡ ਡਿਪੈਂਡੈਂਸ ਮੈਗਨੈਟਿਕਲ ਦੀ ਉਹਦੇ ਤੇ ਆ ਜੂ ਫੋਰਥ ਤੇ ਲਾਸਟ ਇਹਨਾਂ ਤਿੰਨਾਂ ਦੇ ਨਾਲ ਡਾਇਰੈਕਟ ਪ੍ਰੋਪੋਰਸ਼ਨਲ ਆ ਹੁਣ ਪੁਆਇੰਟ ਆਫ ਆਬਜ਼ਰਵੇਸ਼ਨ ਕੰਡਕਟਰ ਤੋਂ 1 ਮਿਲੀਮੀਟਰ ਡਿਸਟੈਂਸ ਤੇ ਆ ਤੇ ਪੁਆਇੰਟ ਆਫ ਆਬਜ਼ਰਵੇਸ਼ਨ ਕੰਡਕਟਰ ਤੋਂ 1 ਸੈਂਟੀਮੀਟਰ ਤੇ ਆ ਤੇ ਪੁਆਇੰਟ ਆਫ ਆਬਜ਼ਰਵੇਸ਼ਨ 1 ਮੀਟਰ ਤੇ ਆ ਜਿੰਨਾ ਕੰਡਕਟਰ ਦੇ ਮੈਂ ਨੀਅਰ ਬਾਏ ਹੋਵਾਂਗਾ ਉਹਨਾਂ ਮੈਗਨੈਟਿਕ ਫੀਲਡ ਮੇਰੇ ਕੋਲ ਕਿੰਨਾ ਜੀ ਸਟਰੋਂਗ ਹੋ ਯਾਨੀ ਡਿਸਟੈਂਸ ਦੇ ਨਾਲ ਐਸ ਸੱਚ ਇਟ ਵੇਰੀ ਇਨਵਰਸਲੀ ਵਿਦ ਦਾ ਕਿੰਨਾ ਜੀ ਸਕੇਅਰ ਆਫ ਦਿਸ ਸੋ ਆ ਚਾਰ ਫੈਕਟਰਸ ਨੇ ਠੀਕ ਹੈ ਜੀ ਕੌਣ ਵਿੱਚ ਦਾ ਸਟਰੈਂਥ ਆਫ ਮੈਗਨੈਟਿਕ ਫੀਲਡ ਵਿਲ ਬੀ ਡਿਪੈਂਡੈਂਟ ਯਾਨੀ ਇਹਨਾਂ ਚਾਰ ਚੀਜ਼ਾਂ ਤੇ ਮੈਗਨੈਟਿਕ ਫੀਲਡ ਦੀ ਆਪਣੀ ਸਟਰੈਂਥ ਜਿਹੜੀ ਆ ਉਹ ਕਿੰਨਾ ਜੀ ਡਿਪੈਂਡ ਕਰੇਗੀ ਕਿਆ ਇਹ ਨਹੀਂ ਗੱਲ ਕਲੀਅਰ ਯੈਸ ਸਰ ਉਜੇ ਚਾਰੇ ਫੈਕਟਰ ਕੰਬਾਈਨ ਕਰਕੇ ਚੱਲੀਏ ਠੀਕ ਹੈ ਔਨ ਕੰਬਾਈਨਿੰਗ ਆਲ ਦਾ ਫੈਕਟਰਸ ਜੇ ਤੁਸੀਂ ਸਾਰੇ ਫੈਕਟਰ ਕੰਬਾਈਨ ਕਰਦੇ ਹੋ ਔਨ ਕੰਬਾਈਨਿੰਗ ਆਲ ਫੈਕਟਰਸ ਠੀਕ ਹੈ ਜੀ देयरफॉर ਮੈਗਨੈਟਿਕਲ ਦਾ ਫਾਰਮੂਲਾ ਡਿਵੈਲਪ ਕਰ ਦੋ ਆਪਣੇ ਕੋਲ ਕੀ ਬਣ ਗਿਆ DB ਪ੍ਰੋਪੋਰਸ਼ਨਲ ਟੂ ਆਈਡੀਐਲ ਸਾਈਨ ਥੀਟਾ ਓਵਰ ਆਰ ਸਕੁਅਰ ਠੀਕ ਹੈ ਯਾਨੀ ਇਹ ਸਾਰੇ ਫੈਕਟਰ ਕੰਬਾਈਨ ਕਰਕੇ DB ਆਪਣੇ ਕੋਲ ਇਸ ਫਾਰਮੂਲੇ ਦੇ ਅਕੋਰਡਿੰਗਲੀ ਆ ਤੇ ਜੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਲਗਾਣਾ ਤੇ ਉਹ k ਆ ਜਾਏਗਾ k ਟਾਈਮਸ ਆਫ ਆਈਡੀਅਲ sin ਥੀਟਾ ਬਾਈ r ਸਕੁਅਰ ਇਹ ਆ ਗਈ ਮੈਗਨੈਟਿਕ ਫੀਲਡ ਦੀ ਸਟਰੈਂਥ ਔਰ k ਦੀ ਵੈਲਿਊ ਐਕਸਪੈਰੀਮੈਂਟਲੀ ਕੈਲਕੂਲੇਟਡ ਆ k ਦੀ ਵੈਲਿਊ ਜਿਹੜੀ ਸਾਡੇ ਕੋਲ ਹੋਏਗੀ ਇਨ SI ਸਿਸਟਮ k ਦੀ ਵੈਲਿਊ ਆਉਂਦੀ ਮਿਊ ਨਾਟ ਬਾਈ 4 ਪਾਈ ਤੁਹਾਡੇ ਸਮਝਣ ਵਾਲੀ ਟਰਮ ਆ ਸਮਝਿਓ ਇਸ ਚੀਜ਼ ਨੂੰ k ਦੀ ਵੈਲਿਊ ਮਿਊ ਨਾਟ ਬਾਈ 4 ਪਾਈ ਹੋਏਗੀ ਠੀਕ ਹੈ ਔਰ ਜੇ SI ਦੀ ਥਾਂ ਤੇ CGS ਸਿਸਟਮ ਹੋਇਆ ਤੇ K ਦੀ ਵੈਲਿਊ ਜਿਹੜੀ ਆ ਉਹ SH 1 ਹੁੰਦੀ ਆ ਮਤਲਬ ਜੇ ਬਾਇਓਟ ਸੈਵਟ ਲਾਅ ਨੂੰ ਅਸੀਂ CGS ਸਿਸਟਮ ਚ ਲਿਖਣਾ ਤੇ ਉਹਦਾ ਫਾਰਮੂਲਾ DB IDL sin ਥੀਟਾ r² ਰਹਿ ਜਾਣਾ ਪਰ ਜੇ ਇਹੀ ਫਾਰਮੂਲਾ SI ਸਿਸਟਮ ਚ ਲਿਖਣਾ ਜਿਹੜਾ ਕਿ ਮੇਨ ਯੂਜ਼ ਚ ਰਹੇਗਾ
अपने को dB की वैल्यू आ गई म्यू नॉट बाय 4 पाई आइडियल साइन थीटा ओवर आर स्क्वायर और पुत्र जेड़ा आ मेरे को फार्मूला बांधा पया जेड़ा मेरे को फार्मूला बांधा पया ए एस सच अपने को जेड़ा कूलम्स लॉ इन इलेक्ट्रोस्टैटिक्स सिगा ओदे इक्विवेलेंट फार्मूला बना जेड़ा कूलम्स लॉ मेरे को एस सच किसे एक चार्ज पार्टिकल दा अपने अराउंड इलेक्ट्रिक फील्ड मेजर करदा वा इन अ सिमिलर वे बायोट सेवर्ट लॉ ठीक है इट ऑलवेज मेजर द स्ट्रेंथ ऑफ मैग्नेटिक फील्ड प्रोड्यूस्ड अराउंड द गिवन कंडक्टर किसे कंडक्टर दे अराउंड कितना मैग्नेटिक फील्ड आ वो बायोट सेवर्ट लॉ ना किसे चार्ज पार्टिकल दे अराउंड कितना इलेक्ट्रिक फील्ड आ वो मेरे को एसएच कूलम्स लॉ ना यानी बायोट सेवर्ट लॉ इज सिमिलर टू दैट ऑफ द कूलम्स लॉ इन इलेक्ट्रोस्टैटिक पहलो इन्नी गल समय लगी Yes, sir. हाँ जी can I continue? Yes, sir. चल yes, sir. हम इधर विच फिर इतने वापस आ रहे हैं जिधर कूलम्स लॉ वेले अपन जो तो फोर्स का फॉर्मूला डिफाइन करने तो अपन लिखते जी वन बाय फोर पाई एप्सिलॉन नॉट क्यू वन क्यू टू बाय आर स्क्वायर ठीक है इतने मेरे को एप्सिलॉन नॉट सिगा जिधर किसी भी मीडियम दी परमिटिविटी नू मेजर करदा ठीक है परमिटिविटी की है उदी गल ते दोबारा हुनी आवांगे एक बारी जे नहीं याद होगी ते और इथे म्यू नॉट जेड़ा वा म्यू नॉट क्या जांदा म्यू नॉट असी डिफाइन कर दे हां इनो सी नाम देने इट्स कॉल्ड द परमेबिलिटी ओथे एप्सिलॉन नॉट नु सी परमिटिविटी कहने इनो सी परमेबिलिटी कहने पर दोना टर्म्स दे मीनिंग जेड़े ने वो आपस में मैच हुंदे आ परमिटिविटी ऑफ मीडियम होवे ठीक है या परमेबिलिटी ऑफ मीडियम होवे इट ऑलवेज डिसाइड्स हाउ मच परमिशन इज गिवन बाय द मीडियम हाउ मच परमिशन इज गिवन बाय द मीडियम टू अलाउ द इलेक्ट्रिक फील्ड लाइंस और मैग्नेटिक फील्ड लाइन टू पास थ्रू देयर जे आ एक बॉडी गिवन आ ठीक है जे आ मेरे को एक कोई चार्ज पार्टिकल पिया तो दूजा चार्ज पार्टिकल एदे तो कुछ डिस्टेंस ते पिया इन्हें इन्हू रिपेल किया अट्रैक्ट किया वो सारे का सारा जरा आच गबे जो मीडियम होएगा है ना ये डिपेंड करेगा ये डिसाइड करेगा कि भी इन्हें ये इलैक्ट्रिक फोर्स लगा देनी आ कि नहीं देनी ठीक है जी यानी फिर मीडियम जोड़ा होएगा जो दो चार्ज पार्टिकल के इन बटवीन या मेरे को दो करंट कैरिंग वायर आ जन ठीक है जी मेरे को दो करंट कैरिंग वायर आ जन तो इन्होंने इन बटवीन जो मीडियम होएगा या मेरे को एक करंट कैरिंग वायर आ गई ए तो मैं एक नॉर्थ पोल या साउथ पोल इतने रख दिता इस नॉर्थ या साउथ पोल से यदा मैगनैटिक फील्ड कितनी फोर्स लगाएगा इस पोल के उत्ते है ना आचला मीडियम जरा डिसाइड करेगा मीडियम ने कितनी परमिशन देनी है मीडियम ने कितनी परमिशन देनी है इलैक्ट्रिक फील्ड लाइनस में या मैगनैटिक फील्ड लाइनस में अपने चो पास हो ठीक है जी उस चीज को डिसाइड करने वाली टर्म जी उसे कहने परमिटिविटी जे इलेक्ट्रिक फील्ड वास्ते आ एंड परमेबिलिटी जे मैग्नेटिक फील्ड वास्ते आ क्या टर्म समझ आई यस सर यस सर चल ते एदी आपा वैल्यू जड़ी लेंदे सी बेटा 1 बाय 4 पाई एप्सिलॉन नॉट इथे आपा की करदे सी एप्सिलॉन नॉट दी वैल्यू आंदी सी 8.85 * 10 रेज़ टू पावर -12 ठीक है जी ए पुट कर दियो 4 इनटू 22 बाय 7 पर लो सारा सॉल्व करके इदी वैल्यू 9 इनटू 10 रेज टू पावर 9 बनदी सी हुन इदी जगह ते जे असी म्यू नॉट नु लेके चलिए ते म्यू नॉट दी वैल्यू ठीक है म्यू नॉट दी वैल्यू अपने को आंदी है 4 पाई इनटू 10 रेज टू पावर -7 म्यू नॉट दी वैल्यू 4 पाई इनटू 10 रेज टू पावर -7 या इदा पढ़ लो म्यू नॉट बाय 4 पाई इस सारे चीज दी वैल्यू जड़ी न्यूमेरिकली होएगी ए 10 रेज टू पावर -7 आ क्या आ वैल्यू क्लियर यस यस सर यस सर उसके बाद एदे यूनिट ते आ जाओ हुन आपा जे के दी वैल्यू ते पुट अप कर ली ठीक है और उस तो बाद आ मेरा फार्मूला बन गया ए चो मैं म्यू नॉट दी वैल्यू जड़ी आ वो आपा ओदा यूनिट बना सकदे जे तो म्यू नॉट दा यूनिट कढ़ना बेटे ते ए तो म्यू नॉट दा यूनिट कढ़ो की बनया ठीक है जी 4 पाई का तो कोई यूनिट नहीं आना ठीक है आर स्क्वायर इधर जाके मल्टीप्लाई कर दियो
ਇਹਦਾ ਮਤਲਬ ਮੈਗਨੈਟਿਕ ਫੀਲਡ ਇਨਟੂ ਆਰ ਸਕੁਅਰ ਓਵਰ ਆਈ ਇਨਟੂ ਡੀ ਐਲ ਠੀਕ ਹੈ ਇਹਨਾਂ ਦਾ ਯੂਨਿਟ ਪੁੱਟ ਅਪ ਕਰਕੇ ਚੱਲੀਏ ਮੈਗਨੈਟਿਕ ਫੀਲਡ ਦਾ ਹੁਣ ਯੂਨਿਟ ਦੱਸ ਕੇ ਹਟਿਆ ਟੈਸਲਾ ਹੋਏਗਾ ਇਹਦਾ ਯੂਨਿਟ ਮੇਰੇ ਕੋਲ ਟੈਸਲਾ ਆ ਜਾਏਗਾ ਆਰ ਸਕੁਅਰ ਮੇਰਾ ਮੀਟਰ ਸਕੁਅਰ ਆ ਨੀਚੇ ਡੀ ਐਲ ਮੇਰਾ ਮੀਟਰ ਆ ਯਾਨੀ ਇੱਥੇ ਇੱਕ ਮੀਟਰ ਕੈਂਸਲ ਹੋ ਜਾਣਾ ਇਹ ਮਤਲਬ ਯੂਨਿਟ ਬਣ ਗਿਆ ਟੈਸਲਾ ਮੀਟਰ ਪਰ ਐਂਪੀਅਰ ਆ ਮੇਰੇ ਕੋਲ ਐਸ ਐਚ ਮਿਊ ਨੋਟ ਦਾ ਯੂਨਿਟ ਬਣ ਜੂ ਯਾਨੀ ਮਿਊ ਨੋਟ ਦੀ ਵੈਲਿਊ 4 ਪਾਈ ਇੰਟੂ 10 ਰੇਸ ਟੂ ਪਾਵਰ ਮਾਈਨਸ 7 ਟੈਸਲਾ ਮੀਟਰ ਪਰ ਐਂਪੀਅਰ ਆ ਫਿਰ ਮੇਰੇ ਕੋਲ ਜਿਹੜੀ ਮਿਊ ਨੋਟ ਦੀ ਵੈਲਿਊ ਉਹਦਾ ਯੂਨਿਟ ਆ ਜਾਏਗਾ ਕਿਆ ਟਰਮ ਕਲੀਅਰ ਯੈਸ ਸਰ ਯੈਸ ਸਰ ਇਹ ਵੀ ਟਰਮ ਕਲੀਅਰ ਹੋ ਚੇ ਯੈਸ ਸਰ ਯੈਸ ਸਰ ਜੇ ਹੁਣ ਇਹਦਾ ਡਾਈਮੈਂਸ਼ਨਲ ਫਾਰਮੂਲਾ ਬਣਾਣਾ ਉਹ ਵੀ ਬਣ ਜਾਣਾ ਬੇਟਾ ਆਪਾਂ b ਦਾ ਹੁਣੇ ਡਾਈਮੈਂਸ਼ਨਲ ਫਾਰਮੂਲਾ ਬਣਾਇਆ ਸੀ ਠੀਕ ਹੈ ਉਹ ਪੁੱਟ ਕਰ ਦਿਓ ਠੀਕ ਹੈ ਲੈਂਥ ਦਾ ਡਾਈਮੈਂਸ਼ਨਲ ਫਾਰਮੂਲਾ ਕਰੰਟ ਜਿਹੜਾ ਐਂਪੀਅਰ ਚ ਆ ਜੂ ਇਹਨਾਂ ਮੈਂ ਜੇ ਤੋਂ ਡਾਈਮੈਂਸ਼ਨਲ ਫਾਰਮੂਲਾ ਬਣਾਣਾ ਹੋਵੇ ਮੀ ਨੋਟ ਦਾ ਇਹਦਾ ਆਪਾਂ ਮੈਗਨੈਟਿਕ ਫੀਲਡ ਦਾ ਹੁਣੇ ਡਾਈਮੈਂਸ਼ਨਲ ਫਾਰਮੂਲਾ ਬਣਾਇਆ ਸੀ m a minus 1 t minus 2 ਇਹੀ ਸੀਗਾ ਜੀ m a minus 1 t minus 2 ਮੇਰੇ ਕੋਲ ਇਹਦਾ b ਦਾ ਆ ਜਾਏਗਾ ਔਰ ਜੇ ਡਿਸਟੈਂਸ ਇੱਥੇ ਲੈ ਲਓ ਇੱਕ ਡਿਸਟੈਂਸ ਦੇ ਡਾਈਮੈਂਸ਼ਨ ਕੈਨਸਲ ਹੋ ਜਾਣੀ ਇੱਕ l ਰਹਿ ਜਾਏਗੀ ਓਵਰ ਮੇਰੇ ਕੋਲ ਜਿਹੜਾ ਐਸ ਐਚ ਕਰੰਟ ਹੈ ਕਰਨ ਲਈ ਮੇਰੇ ਕੋਲ ਐਂਪੀਅਰ ਆ ਗਿਆ ਯਾਨੀ ਆ ਉੱਪਰ ਲੈ ਜਾਓ ਆਪਣੀ ਟਰਮ ਬਣ ਜਾਣੀ m a minus 2 t minus 2 into l ਆ ਮੇਰੇ ਕੋਲ ਐਸ ਐਚ ਮਿਊ ਨੋਟ ਦਾ ਡਾਈਮੈਂਸ਼ਨਲ ਫਾਰਮੂਲਾ ਆ ਜੂ ਕੀ ਫਾਰਮੂਲਾ ਕਲੀਅਰ ਯੈਸ ਸਰ ਡਾਈਮੈਂਸ਼ਨਲ ਫਾਰਮੂਲਾ ਕਲੀਅਰ ਆ ਯੈਸ ਸਰ ਹਾਂਜੀ ਹੁਣ ਇੰਨੇ ਤੱਕ ਕੋਈ ਡਾਊਟ ਹੈਗਾ ਤਾਂ ਇੱਕ ਵਾਰੀ ਜ਼ਰੂਰ ਦੱਸੋ ਠੀਕ ਹੈ ਜੇ ਇਹ ਬਾਇਰ ਸੈਵਲ ਦਾ ਬੇਸਿਕ ਕਲੀਅਰ ਤਾਂ ਆਪਾਂ ਇਸ ਤੋਂ ਅੱਗੇ ਜੇ ਕੰਟੀਨਿਊ ਕਰੀਏ ਸਰ ਬੋਲੋ ਜੀ ਸਰ ਕੱਲ ਵੀ ਆਪਾਂ ਇੱਕ ਕਨਸਟੈਂਟ ਕੀਤਾ ਸੀ ਬੀ ਕਿਊ ਵੀ ਸਾਈਨ ਥੀਟਾ ਵਾਲੇ ਫਾਰਮੂਲੇ ਚ ਕੇ ਮੇਰੇ ਨਾਲ ਹਾਂਜੀ ਉੱਥੇ ਕੇ ਦੀ ਵੈਲਿਊ 1 ਸੀਗੀ ਹਾਂਜੀ ਸਰ ਇੱਥੇ ਵੀ ਨਹੀਂ ਪੁੱਤ ਉਹ ਚ ਐਸ ਆਈ ਸਿਸਟਮ ਚ ਕੇ ਦੀ ਵੈਲਿਊ 1 ਸੀਗੀ ਠੀਕ ਹੈ ਤੇ ਸੀ ਜੀ ਐਸ ਸਿਸਟਮ ਦੇ ਹਿਸਾਬ ਨਾਲ ਕੇ ਦੀ ਵੈਲਿਊ 1 ਇਹ ਐਸ ਐਚ ਜਿਹੜੇ ਨਿਊਮੈਰੀਕਲ ਕਨਸਟੈਂਟ ਨੇ ਜਾਂ ਸੌਰੀ ਗ੍ਰੈਵਿਟੀ ਪ੍ਰੋਪੋਰਸ਼ਨੈਲਿਟੀ ਕਨਸਟੈਂਟ ਨੇ ਇਹਦੀ ਵੈਲਿਊ ਐਸ ਐਚ ਅਸੀਂ ਕਹਿੰਦੇ ਐਕਸਪੈਰੀਮੈਂਟਲੀ ਕੈਲਕੂਲੇਟਡ ਹੁੰਦੀ ਤੇ ਆਪਾਂ ਰਿਜ਼ਲਟ ਚ ਸਿੱਧੀ ਯੂਜ਼ ਹੀ ਕਰਦੇ ਪਏ ਠੀਕ ਹੈ ਸਰ ਕਲੀਅਰ ਆ ਹਾਂਜੀ ਸਰ ਚਲੋ ਮੈਂ ਆਈਡੀ ਸ਼ਿਫਟ ਕਰ ਰਿਹਾ ਦੁਬਾਰਾ ਆਈਡੀ ਬਣਾ ਕੇ ਭੇਜਣ ਲੱਗਿਆ ਠੀਕ ਹੈ ਉੱਤੇ ਜੁਆਇਨ ਕਰਦੇ